ਪੰਜਾਬੀ ਸਪੋਰਟਸ ਵਾਲਿਆਂ ਸਾਰਿਆਂ ਨੂੰ ਹੈਪੀ ਨਿਊ ਇਅਰ। ਪੰਜਾਬੀ ਸਪੋਰਟਸ ਦੇ ਅੱਜ ਦੇ ਐਪੀਸੋਡ ਵਿੱਚ ਤੁਹਾਡਾ ਸਵਾਗਤ ਹੈ। ਹਮੇਸ਼ਾ ਦੀ ਤਰ੍ਹਾਂ ਅੱਜ ਵੀ ਅਸੀਂ ਖੇਡਾਂ ਦੀ ਦੁਨੀਆ ਤੋਂ ਨਵੀਂ ਜਾਣਕਾਰੀ ਲੈ ਕੇ ਆਏ ਹਾਂ। ਪੰਜਾਬ ਵਿੱਚ ਹੋਏ ਖੇਡ ਮੇਲਿਆਂ ਬਾਰੇ ਪੰਜਾਬ ਦੇ ਪਿੰਡ ਦੋਦਰ ਵਿੱਚ ਰਾਣਾ ਸਪੋਰਟਸ ਕਲੱਬ ਵੱਲੋਂ ਇੱਕ ਬਹੁਤ ਵਧੀਆ ਕਬੱਡੀ ਕੱਪ ਕਰਵਾਇਆ ਗਿਆ। ਆਓ ਦੇਖਦੇ ਹਾਂ ਗੋਲੀ ਟੇਲੋਂ ਦੀ ਇਹ ਰਿਪੋਰਟ। ਪੰਜਾਬ ਦੇ ਪੇਂਡੂ ਖੇਡ ਮੇਲਿਆਂ ਵਿੱਚ ਅੱਜ ਕੱਲ੍ਹ ਪੰਜਾਬ ਦੀ ਨੌਜਵਾਨੀ ਦਾ ਚੜ੍ਹਦੀ ਕਲਾ ਵਾਲਾ ਸਰੂਪ ਦੇਖਿਆ ਜਾ ਸਕਦਾ ਹੈ। ਰਾਣਾ ਸਪੋਰਟਸ ਕਲੱਬ ਪਿੰਡ ਦੋਦਰ ਵੱਲੋਂ ਕਰਵਾਏ ਗਏ ਕਬੱਡੀ ਕੱਪ ਵਿੱਚ ਬੇਹੱਦ ਰੋਮਾਂਚਕ ਅਤੇ ਫਸਵੇਂ ਮੁਕਾਬਲੇ ਦੇਖਣ ਨੂੰ ਮਿਲੇ। ਇੱਥੇ ਵੱਡੀ ਗਿਣਤੀ ਵਿੱਚ ਦਰਸ਼ਕ ਦਿਲ ਖਿੱਚਵੇਂ ਕਬੱਡੀ ਮੁਕਾਬਲਿਆਂ ਨੂੰ ਦੇਖਣ ਆਏ ਸੀ। ਇਹ ਦੋਦਰ ਕਬੱਡੀ ਕੱਪ ਤੀਸਰਾ ਕਬੱਡੀ ਕੱਪ ਅਸੀਂ ਇਸ ਵਾਰ ਕਰਾਇਆ। ਇਸ ਦਾ ਪਹਿਲਾ ਨਾਮ 1,00,000 ਰੁਪਈਆ ਅਤੇ ਦੂਸਰਾ ਨਾਮ 75,000 ਰੁਪਈਆ ਸੀ। ਕਬੱਡੀ ਕੱਪ ਕਰਾਉਣ ਦਾ ਉਦੇਸ਼ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਅਤੇ ਜਿਹੜੀ ਔਟਰੀ ਪਨੀਰੀ ਹੈਗੀ ਆ ਉਹਨੂੰ ਸੇਧ ਦੇਣ ਲਈ ਸਾਡਾ ਮੁੱਖ ਇਹ ਮੰਤਵ ਆ। ਦਰਸ਼ਕਾਂ ਦਾ ਇਹ ਹਜੂਮ ਦੇਖ ਕੇ ਤਾਂ ਇੰਝ ਹੀ ਲੱਗਦਾ ਹੈ ਕਿ ਜਿੱਦਾਂ ਇੱਥੇ ਗੁਰਦਾਸ ਮਾਨ ਦਾ ਅਖਾੜਾ ਲੱਗਿਆ ਹੋਵੇ, ਪਰ ਇਹ ਦਰਸ਼ਕ ਦੋਦਰ ਕਬੱਡੀ ਕੱਪ ਵਿੱਚ ਬੇਹੱਦ ਫਸਵੇਂ ਕਬੱਡੀ ਮੁਕਾਬਲਿਆਂ ਨੂੰ ਦੇਖਣ ਆਏ ਹੋਏ ਹਨ। ਇਸ ਖੇਡ ਮੇਲੇ ਵਿੱਚ ਕੌਮਾਂਤਰੀ ਕਬੱਡੀ ਅਕੈਡਮੀਆਂ ਦੇ ਹੋਏ ਮੁਕਾਬਲਿਆਂ ਵਿੱਚ ਪਹਿਲੇ ਸਥਾਨ 'ਤੇ ਆਈ ਮੀਰੀ ਪੀਰੀ ਕਬੱਡੀ ਕਲੱਬ ਅਮੈਰੀਕਾ ਨੂੰ 1,00,000 ਰੁਪਏ ਅਤੇ ਦੂਜੇ ਨੰਬਰ 'ਤੇ ਆਈ ਹਰਜੀਤ ਫਰੈਂਡਸ ਕਲੱਬ ਪੱਤੋ ਹੀਰਾ ਸਿੰਘ ਨੂੰ 75,000 ਰੁਪਏ ਦਾ ਇਨਾਮ ਦਿੱਤਾ ਗਿਆ। ਓਪਨ ਕਬੱਡੀ ਦੇ ਵਿੱਚ 88 ਟੀਮਾਂ ਨੇ ਭਾਗ ਲਿਆ, ਜਿਹੜੀਆਂ ਕਿ ਮੇਰੇ ਖਿਆਲ ਪੰਜਾਬ ਦੇ ਕਿਸੇ ਟੂਰਨਾਮੈਂਟ 'ਤੇ ਇੰਨੀਆਂ ਟੀਮਾਂ ਅੱਜ ਤੱਕ ਦਾ ਰੈਕਡ ਹੋ ਗਿਆ। ਅਤੇ ਕਬੱਡੀ ਕੱਪ ਵਾਲੇ ਦਿਨ 8 ਅਕੈਡਮੀਆਂ ਨੇ ਹਿੱਸਾ ਲਿਆ। ਕਬੱਡੀ ਓਪਨ ਵਿੱਚ ਮੇਜ਼ਬਾਨ ਰਾਣਾ ਕਲੱਬ ਦੋਦਰ ਦੀ ਟੀਮ ਨੇ ਸਵੱਦੀ ਕਲਾ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਹਾਕੀ ਮੁਕਾਬਲੇ ਵਿੱਚ ਢੁੱਡੀ ਕੇ ਦੀ ਟੀਮ ਪਹਿਲੇ ਅਤੇ ਦੋਦਰ ਦੀ ਟੀਮ ਦੂਜੇ ਸਥਾਨ ਤੇ ਰਹੀ। ਪਿੰਡ ਦੋਦਰ ਦਾ ਇਹ ਟੂਰਨਾਮੈਂਟ ਕਬੱਡੀ ਪ੍ਰੇਮੀਆਂ ਲਈ ਬਹੁਤ ਖਿੱਚ ਦਾ ਕਾਰਨ ਰਹਿੰਦਾ ਹੈ ਅਤੇ ਇਸ ਵਿੱਚ ਹਮੇਸ਼ਾ ਹੀ ਬਹੁਤ ਵਧੀਆ ਵਧੀਆ ਪਲੇਅਰ ਆ ਕੇ ਆਪਣੇ ਕਬੱਡੀ ਦੇ ਜ਼ੋਰ ਦਿਖਾਉਂਦੇ ਹਨ।